अकाली कांग्रेस तो पंजाब च हो गए खत्मा। इन्हां नूं लखे सराणे दी टीम रड़कदी आ। इन्हां ने कल्ला कल्ला नौजवान परचे पा के अंदर करना जे तुसीं एका ना कीता। हुण पंजाब दे लोको तुसीं जागरूक हो जाओ और समझ जाओ दिल्ली दे चलण वाले कदे भी नहीं छोटे हो सकते। जे तुसीं बचना पंजाब दे नौजवानां नूं सीटां ते खड़ा करो, आपदे एमएलए चुनो, आपदी सियासत आपदी खड़ी करो। साडे किसानी अंदोलन वाले इन्हां ने पहले दे ਪੰਜਾਬੀਓ ਸਹਿਮਤ ਹੋ ਰਣਾਵੇ ਦੀ ਗੱਲ ਨਾਲ। ਆਓ ਜੀ ਮਾਨ ਬਠਿੰਡੇ ਵਾਲਾ 2 ਮਿੰਟ ਦੇ ਲਈ ਸਮਾਂ, ਸਿਰਫ ਤੇ ਸਿਰਫ ਸਾਡੇ ਕੋਲੇ ਬੁਲਾਰੇ ਬਹੁਤ ਨੇ, 2-2 ਮਿੰਟ ਦੇ ਵਿੱਚ ਮੈਂ ਟਾਈਮ ਦੇਣਾ, 2 ਮਿੰਟ ਮਾਨ ਬਠਿੰਡੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਤੁਸੀਂ ਅਣਖ ਵਾਲੇ ਮਿੱਤਰੋ ਜਿਹੜੇ ਚੱਲ ਕੇ ਨਹੀਂ ਠੰਡ ਦੇ ਵਿੱਚ ਦੂਰੋਂ ਦੂਰੋਂ ਆਏ ਹੋ, ਜਿਹੜਾ ਰਾਹ ਭਾਨੇ ਨੇ ਫੜਿਆ ਸੀ ਉਹ ਬਹੁਤ ਕਠਿਨਾਈਆਂ ਭਰਿਆ ਰਾਹ। ਉਹ ਉਹਦੇ 'ਚ ਗੈਂਗਸਟਰ ਵੀ ਇਨਵੋਲਵ ਨੇ, ਉਹਦੇ 'ਚ ਲੀਡਰ ਵੀ ਇਨਵੋਲਵ ਨੇ, ਉਹਦੇ 'ਚ ਵੱਡੇ ਅਫਸਰ ਵੀ, ਸਾਰੇ ਇੱਕ ਦੇ ਚੜਾਵਾ ਚੜਦਾ। ਕਿਹੜਾ ਏਜੰਟਾਂ ਦਾ ਸਿਸਟਮ ਹੈ, ਬਹੁਤ ਵੱਡੇ ਪੱਧਰ ਤੇ ਆ ਇਹ। ਅੱਧਾ ਪੰਜਾਬ ਪੈਸੇ ਵਸਾਈ ਬੈਠਾ। ਆ ਭੈਣਾਂ ਬੈਠੀਆਂ ਇਹਨਾਂ ਦੇ ਵਿੱਚੋਂ ਹੋਣਗੇ ਜਿਨ੍ਹਾਂ ਨੇ ਪੈਸੇ ਵਸਾਏ ਜਾਂ ਮੜਵਾਏ ਆ। ਕਿਵੇਂ ਨਾ ਕਿਵੇਂ ਪੈਸੇ ਲੈ ਲੈਂਦੇ ਆ, ਮੁੜ ਕੇ ਬੰਦੇ ਨੂੰ ਉਹ ਬੰਦੇ ਮੂੰਹ ਨਹੀਂ ਦਿਖਾਉਂਦੇ। ਬਾਉਂਸਰ ਰੱਖੇ ਹੁੰਦੇ ਆ, ਕੁੜੀਆਂ ਰੱਖੀਆਂ ਹੁੰਦੀਆਂ, ਫਿਰ ਕਿਤੇ ਜਿਹੜੇ ਬੰਦੇ ਨੇ ਪੈਸੇ ਲਏ ਹੁੰਦੇ ਆ ਉਹਨਾਂ ਨੂੰ ਟੱਕਰ ਤੇ ਇੰਨੀ ਟੱਕਰੂਗਾ ਉਹਦੇ ਹੱਥ 'ਚ ਪਿਸਤੌਲ ਹੀ ਹੋਊਗਾ। ਪਹਿਲੇ ਦਿਨ ਜਦੋਂ ਅਸੀਂ ਪੈਸੇ ਵਾਪਸ ਕਰਾਏ ਇੱਕ ਮੁੰਡੇ ਦੇ, ਭਾਨਾ ਨਾਲ ਸੀ, ਆਹ ਬਾਈ ਪਿੰਦਾ ਵੀ ਨਾਲ ਸੀ, ਸਾਨੂੰ ਉਹਨੇ ਗੈਂਗਸਟਰ ਦੀਆਂ ਧਮਕੀਆਂ ਵੀ ਦਿੱਤੀਆਂ, ਉਹਨੇ ਫੋਨ ਕਰਕੇ ਪੁਲਿਸ ਵੀ ਮੰਗਾਈ, ਉਹਨੇ ਸਾਰਾ ਜ਼ੋਰ ਲਾਇਆ, ਇੱਥੋਂ ਤੱਕ ਭਾਨੇ ਨੂੰ ਜਲੀਲ ਕੀਤਾ। ਇੱਕ ਕੁੜੀ ਕਹਿੰਦੀ, ਕਹਿੰਦੀ ਤੂੰ ਬਾਲਾ ਬੁੜ ਕੇ ਨਾ, ਦੋ ਵਿੱਚੋਂ ਕਿੰਨੇ ਲੈਣੇ ਆ ਭਾਨੇ ਨੂੰ। ਕਹਿੰਦੀ ਭਾਨਾ ਫਿਰ ਤੁਹਾਨੂੰ ਪਤਾ ਹੋ ਗਿਆ ਹੈ, ਪਰ ਐਂਡ ਨੂੰ ਉਹਨੇ ਪੈਸੇ ਦੇ ਕੇ ਖੜਾ ਛਡਾਇਆ। ਇਹ ਰਾਹ ਬਹੁਤ ਔਖਾ ਮਿੱਤਰੋ, ਤੇ ਇਸ ਕਰਕੇ ਤੁਸੀਂ ਸੱਚ ਨੂੰ ਪਛਾਣਿਆ, ਉਹਦਾ ਕਿਰਦਾਰ ਮਾਰਿਆ ਜਾ ਰਿਹਾ, ਕਿਰਦਾਰ ਖੁਸ਼ੀ ਕਰੀ ਜਾ ਰਹੀ ਆ। ਪਹਿਲੇ ਦਿਨ ਵੀਡੀਓ ਪਾਈ ਸੀ ਅਸੀਂ, ਸਾਨੂੰ ਲੱਖਾਂ ਦੀਆਂ ਆਫਰਾਂ ਸੀ ਵੀ ਇਸ ਤੋਂ ਬਾਅਦ ਇੱਦਾਂ ਦੀ ਵੀਡੀਓ ਨਾ ਪਾਇਓ, ਚੱਕੋ 8 ਲੱਖ, ਚੱਕੋ 10 ਲੱਖ। ਕੀ ਭਾਨਾ 10,000 ਮੰਗੂ? 10,000 ਤਾਂ ਕੁਛ ਵੀ ਨਹੀਂ, 10,000 ਦਾ ਤਾਂ ਹੱਥ ਨੂੰ ਗੱਡੀ 'ਚ ਤੇਲ ਫੂਕ ਦਿੰਦਾ ਹੋਊ, ਚਾਹ ਪਿਆ ਦਿੰਦਾ ਹੋਊ ਬੰਦੋਰ ਨੂੰ, ਇੱਥੇ ਲੋਕਾਂ ਨੇ ਆਇਆਂ ਨੂੰ 5-4 ਲੱਖ ਰੁਪਏ ਕਮਾਉਣ ਵਾਲਾ ਬੰਦਾ ਆ ਕੋਟ ਦੁਨੀਆ ਵਾਲੇ ਬੈਠੇ ਆ, ਜੀਰੋ ਤੋਂ ਉੱਠਿਆ ਬੰਦਾ, ਉਹਨੇ ਆਪਦਾ ਘਰ ਬਾਰ ਸੈੱਟ ਕੀਤਾ, ਚੰਗੀ ਗੱਡੀ ਰੱਖੀ, ਹੋਰ ਵੀ ਤਰੱਕੀ ਕਰੀ, ਕੰਮ ਕਰਨ ਵਾਲਾ ਬੰਦਾ ਯੂਟਿਊਬ ਫੇਸਬੁੱਕ ਤੇ, ਉਹਨੂੰ 10,000 ਕੋਈ ਚੀਜ਼, 10,000 ਤਾਂ ਘੱਟੋ ਘੱਟ 20,000 ਦਿਹਾੜੀ ਪਾਉਣ ਵਾਲਾ ਬੰਦਾ। ਚਲੋ ਉਹਦਾ ਜਨੂਨ ਹੈ, ਬਾਣੀ ਦੇ ਲੜ ਲੱਗਿਆ, ਲੋਕਾਂ ਦਾ ਭਲਾ ਕਰਨਾ ਚਾਹੁੰਦਾ, ਤੇ ਇਸ ਕਰਕੇ ਉਹਦੀ ਕਿਰਦਾਰ ਤੁਸੀਂ ਕੀਤੀ ਜਾ ਰਹੀ ਹੈ। ਚੈਨੀ ਚੋਰ ਵੀ ਸਕਾਰਪੀਓ ਗੱਡੀ 18 ਲੱਖ ਦੀ, ਚੈਨੀ ਚੋਰੀ ਕਰਨ ਜਾਊ? ਵੀਰੋ ਤੁਸੀਂ ਸੱਚ ਨੂੰ ਪਛਾਣਿਆ, ਚਾਹੇ ਤੁਹਾਨੂੰ ਭਾਨਾ ਚੰਗਾ ਲੱਗਦਾ ਸੀ ਨਹੀਂ ਲੱਗਦਾ, ਪਰ ਇੱਥੇ ਬਿਲਕੁਲ ਭਾਨੇ ਨਾਲ ਧੱਕਾ ਹੋ ਰਿਹਾ, ਉਹਨੂੰ ਕਿਵੇਂ ਤੂੜੀ ਵਾਂਗੂ ਕੁੱਟ ਕੁੱਟ ਕੇ ਵਿੱਚ ਗੱਡੀਆਂ ਚਬਾਇਆ ਜਾ ਰਿਹਾ, ਤੇ ਇਸ ਤਰ੍ਹਾਂ ਇਕੱਠੇ ਰਹੋ ਮੈਂ ਵੀਰ, ਤੇ ਮੈਂ ਸਮਾਂ ਇਜਾਜ਼ਤ ਨਹੀਂ ਦਿੰਦਾ, ਬਹੁਤ ਵੱਡੇ ਵੱਡੇ ਬਾਰੇ ਬੈਠਿਆ, ਬਸ ਮੈਂ ਇਹੀ ਕਹਿਣਾ ਚਾਹੁੰਦਾ ਤੁਹਾਡਾ ਇਕੱਲਾ ਇਕੱਲਾ ਚੱਲਿਆ ਹੋਇਆ ਕਦਮ ਸਿਰ ਮੱਥੇ ਆ, ਜਿਹੜੇ ਤੁਸੀਂ ਇੱਕ ਸੱਚ ਦਾ ਸਾਥ ਦੇਣ ਆਇਆ, ਪੰਜਾਬ ਨਹੀਂ ਮਰਦਾ ਜੇ ਤੁਸੀਂ ਆਈ ਆਈ ਸੱਚ ਨਾਲ ਖੜੇ ਰਹੇ, ਪੰਜਾਬ ਨਹੀਂ ਮਰਦਾ ਦਾ ਕਿਨਾਰਾ ਲਾਓ, ਭਲੇ ਸੋਨਿਆ। ਸਾਡੇ ਕੋਲੇ ਬੁਲਾਰੇ ਬਹੁਤ ਹੈ ਜੀ, ਇਸ ਲਈ ਸਮੇਂ ਦਾ